ਰਵਈਆ ਪਾਰਿਕ ਤੇਰਾ ਕਾਇਨ ਖੰਡ ਅਵ ਗੁਣ ਮੇਰਾ ਅਵ ਗੁਣ ਖੰਡਸ ਅਵਗੁਣ ਮੇਰਾ।
ਕਾਹੇ ਨ ਖੰਡ ਸ ਕਲਗੀਆਂ ਵੱਲ ਬਾਜਾਂ ਵੱਲ ਖੰਡ ਸਭ ਗੁਣ ਮੇਰਾ ਖੰਡ ਸਭ ਗੁਣ ਮੇਰਾ ਕਾਹੇ ਨ ਖੰਡ ਸਭ ਗੁਣ ਮੇਰਾ ਖੰਡ ਸਭ ਗੁਣ ਮੇਰਾ ਇੱਥੇ ਅਵਗੁਣ ਦੇ ਅਰਥ ਪਾਪ ਕਰ ਲੋ ਇੱਥੇ ਅਵਗਣ ਦੇ ਅਰਥ ਕਰਮ ਕਰ ਲੋ ਗੱਲਾਂ ਕਰਿਓ ਗੁਰੂ ਗੋਬਿੰਦ ਸਿੰਘ ਨਾਲ ਕਾਹੇ ਨਾ ਖੰਡਸ ਬੋਲੋ ਕਾਹੇ ਨਾ ਖੰਡਸ ਅਵਗੁਣ ਮੇਰਾ ਇਹ ਅਵਗੁਣ ਕਿਉਂ ਨਹੀਂ ਖਤਮ ਕਰਦਾ ਖੰਡਸ ਖਤਮ ਕਰਦਾ ਇਹਦੇ ਅਰਥ ਪਾਪ ਕਰ ਲੋ ਮੇਰਾ ਇਹ ਪਾਪ ਕਿਉਂ ਨਹੀਂ ਖਤਮ ਕਰਦਾ ਇਹਦੇ ਅਰਥ ਕਰਮ ਕਰ ਲਓ ਮੇਰਾ ਉਹ ਵਾਲਾ ਕਰਮ ਕਿਉਂ ਨਹੀਂ ਖਤਮ ਕਰਦਾ ਵੱਜੇ ਸਾਢੇ ਚਾਰ ਅੰਮ੍ਰਿਤ ਵੇਲੇ ਦੇ ਵੱਜੇ ਸਾਢੇ ਚਾਰ ਜਾਗ ਵੀ ਆ ਗਈ ਤੁਸੀਂ ਉੱਠ ਵੀ ਪਏ ਬਿਸਤਰੇ ਤੇ ਬਹਿ ਵੀ ਗਏ ਪਹਿਲੇ ਲੇਟੇ ਸੀ ਜਾਗ ਆ ਗਈ ਉੱਠ ਵੀ ਪਏ ਬਹਿ ਵੀ ਗਏ ਅੱਧੇ ਮਿੰਟ ਮਿੰਟ ਲਈ ਦੋ ਮਨ ਲੜਨ ਲੱਗ ਪਏ ਇੱਕ ਕਹਿੰਦਾ ਉੱਠ ਇੱਕ ਕਹਿੰਦਾ ਸੌ ਜਾ ਪੰਜ ਮਿੰਟ ਹੋਰ ਉਹ ਜਿਹੜੇ ਦੋ ਮਨ ਲੜਨ ਲੱਗ ਪਏ ਫੈਸਲਾ ਲੈ ਲਿਆ ਚਲ ਪੰਜ ਮਿੰਟ ਹੋਰ ਉਹ ਜਿਹੜਾ ਪੰਜ ਸੱਤ ਮਿੰਟ ਸੁੱਤੇ ਦੁਬਾਰਾ ਅੱਖ ਖੁੱਲੀ ਸਾਢੇ ਛੇ ਵਜੇ ਸੀ ਸੱਤ ਵਜੇ ਸੀ ਆ ਸਾਡਾ ਕਰਮ ਕੱਟ ਦੇ ਆ ਸਾਡਾ ਪਾਪ ਕੱਟ ਦੇ ਬਾਜਾ ਲਿਆ ਉੱਠ ਕੇ ਵੀ
ਮੈਥੋਂ ਹੀਰਿਆਂ ਦਾ ਵਪਾਰ ਨਹੀਂ ਹੋਇਆ, ਮੈਂ ਫਿਰ ਸੌਂ ਗਿਆ, ਇਹ ਮੇਰਾ ਕਰਮ ਜਿਹੜਾ ਨਾ ਉਹਨੇ ਸਵਾ ਦਿੱਤਾ। ਉਹ ਜਿਹੜਾ ਮੇਰਾ ਔਗਣ ਹੈ, ਮੇਰਾ ਪਾਪ ਉਹਨੇ ਸਵਾ ਦਿੱਤਾ। ਐਸ ਬੈਕੁੰਠ ਵਿੱਚ ਨਾ ਮੰਗਾਂ, ਕਿੱਥੇ ਮੰਗਾਂ। ਮਾੜਾ ਜਿਹਾ ਤਾਂ ਬੋਲਿਆ, ਤੁਹਾਨੂੰ ਪਤਾ ਲੱਗੇ ਮੰਗ ਕੀ ਰਹੇ ਆ। ਉਹ ਕਰਮ ਜਿਹੜੇ ਤੇਰੇ ਤੋਂ ਵਿਛੋੜ ਦੇ, ਉਹ ਔਗਣ ਜਿਹੜੇ ਤੇਰੇ ਤੋਂ ਦੂਰ ਕਰਦੇ, ਉਹ ਖਵਾਬ ਜਿਹੜੇ ਰਸ ਤੋਂ ਤੇਰੇ ਦੂਰ ਕਰਦੇ। ਕਦੁ ਨ ਖੰਡਸ ਅਵਗੁਣ ਮੇਰਾ, ਕਦੁ ਨ ਖੰਡਸ ਅਵਗੁਣ ਮੇਰਾ, ਕਦੁ ਨ ਖੰਡਸ ਅਵਗੁਣ ਮੇਰਾ, ਖੰਡਸ ਅਵਗੁਣ ਮੇਰਾ। ਕਲਗੀਆਂ ਵੱਲ ਵੱਜਾ ਵੱਲੇ,
ਸ਼ਹੀਦਾਂ ਸਾਹਿਬ ਗਿਆ ਅਰਦਾਸ ਗਏ ਦੋ ਸਵਾ ਦੋ ਢਾਈ ਤੱਕ ਸੁਚੇਤ ਰਸ ਚੱਲ ਰਿਹਾ ਸ਼ਬਦ ਚੱਲ ਰਿਹਾ ਕੀਰਤਨ ਚੱਲ ਰਿਹਾ ਸਿਮਰਨ ਚੱਲ ਰਿਹਾ ਪਰ 2:30 ਝੋਕ ਲੱਗ ਗਈ
ਘੜੀ ਸਾਹਮਣੇ ਸੀ, ਆਪਣੀ ਸੁਣਾ ਰਿਹਾ ਗੱਲ ਖੁੱਲੇ। ਘੜੀ ਵੇਖੀ ਤੇ 10 ਮਿੰਟ ਘੱਟ 3। ਹੁਣ ਇਹਨੂੰ ਲਾਹਨਤ ਪਾਈ, ਮਨ ਨੂੰ ਲਾਹਨਤ। ਮਨਾ 2.5 ਤੋਂ ਲੈ ਕੇ 10 ਮਿੰਟ ਘੱਟ 3 ਤੱਕ 20 ਮਿੰਟ ਤੱਕ ਤੈਨੂੰ ਕੁਛ ਨਹੀਂ ਪਤਾ ਰਾਗੀ ਨੇ ਕਿਹੜਾ ਸ਼ਬਦ ਪੜਿਆ, ਕਿਹੜਾ ਪ੍ਰਮਾਣ ਦਿੱਤਾ, ਕਿਹੜੀ ਪੰਕਤੀ ਲੱਗੀ ਹੈ। ਸਮਝਿਓ, ਆ ਮੇਰਾ ਪਾਪ ਸੀ, ਆ ਅਵਗਣ ਸੀ, ਆ ਕਰਮ ਸੀ ਕਿ ਹੀਰਿਆਂ ਵਰਗੀ ਜਗ੍ਹਾ ਤੇ ਪਹੁੰਚ ਕੇ ਵੀ ਉਹ 20 ਮਿੰਟ ਦੀ ਝੋਕ ਨੇ ਹੀਰਿਆਂ ਦੇ ਕੋਲ ਪਹੁੰਚ ਕੇ ਵੀ ਵਿਛੋੜਾ ਪਾਤਾ। ਆਖੋ ਸਾਧਾ, ਹੋਰ 5 ਮਿੰਟ ਤੱਕ ਉੱਠਣ ਦਾ ਟਾਈਮ ਸੀ, ਗਾਂ ਟਾਈਮ ਮਿਲੇ। ਉਹ ਜਿਵੇਂ ਇੱਕ ਖੁਰਾਕ ਤੋਂ ਭੁੱਖਾ ਉੱਠਣਾ ਪਿਆ, ਅੱਜ ਆਹ ਮੰਗ ਰਹੇ ਹਾਂ। ਉਹ ਕਰਮ, ਉਹ ਅਵਗਣ, ਉਹ ਪਾਪ ਘਟਦੇ ਜਿਹੜੇ ਤੇਰੇ ਤੋਂ ਵਿਛੋੜਦੇ ਨੇ, ਭਾਵੇਂ ਉਹ ਨੀਂਦ ਸੁਸਤੀ ਹੈ, ਝੋਕ ਹੈ, ਭਾਵੇਂ ਵਟਸਐਪ ਹੈ, ਭਾਵੇਂ ਫੋਨ ਬਹੁਤੇ ਸੁਣਨੇ, ਔਗਣ ਕੱਟ ਦਿਓ ਗੁਰੂ ਜੀ ਮੇਰੇ। ਔਗਣ ਕੱਟ ਦਿਓ ਗੁਰੂ ਜੀ ਮੇਰੇ, ਡੋਰੀ ਸਾਈਂ ਤੇਰੇ ਹੱਥ ਹੈ ਔਗਣ। ਕੱਟ ਦਿਓ ਗੁਰੂ ਜੀ, ਭਾਈ ਬੋਲੋ ਸਾਰੇ, ਡੋਰੀ ਸਾਈਂ ਹੱਥ, ਭੈਣਾਂ ਬੋਲੋ ਔਗਣ। ਗੱਲਾਂ ਕਰਨੀਆਂ ਬਾਜਾਂ ਦੇ, ਇਹੀ ਸੱਚ ਖੰਡ, ਇੱਥੇ ਹੀ ਫਰਿਆਦ ਕਰ, ਇੱਥੋਂ ਹੀ ਰਸ ਲੱਭਣੇ। ਔਗਣ ਕੱਟ ਦਿਓ ਗੁਰੂ ਜੀ, ਡੋਰੀ ਸਾਈਂ ਤੇਰੇ ਹੱਥ ਹੈ ਔਗਣ। ਆਏ ਹਾਏ, ਦੁਖੀਆਂ ਦਰਦਵੰਤ ਦਰਿਆ, ਇੱਕ ਦੋ ਪ੍ਰਮਾਣ ਇਹਦੇ ਤੇ ਦੇਣੇ। ਪਿਆਸ ਜਿਹੜੇ ਔਗਣ ਨਹੀਂ ਪੂਰੀ ਹੋਣ ਦੇ, ਉਹ ਕੱਟ ਦਿਓ। ਦੁਖੀਆ ਦਰਦਵੰਤ ਦਰਿਆਇਆ, ਬਹੁਤ ਪਿਆਸ ਜਵਾਬ ਨ ਪਿਆ, ਬਜਾਂ ਵਲਿਆ ਬਹੁਤ ਪਿਆਸ ਜਵਾਬ ਨਾ ਪਾਇਆ। ਬੋਲੋ ਬਾਜਾਂ ਵਾਲਿਆ, ਬਹੁਤ ਪਿਆਸ ਜਵਾਬ ਨਾ ਪਾਇਆ, ਔਗਣ ਕੱਟ ਦਿਓ ਗੁਰੂ ਜੀ, ਡੋਰੀ ਸਾਈਂ ਤੇਰੇ ਹੱਥ
ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਲਤੀ ਮੇਰੀ, ਹਵਾਰੀ ਸਿੰਘ ਕਿਰਪਾ ਕਰਿਓ ਆਪੇ ਮੇਲੇ ਤੇਜਪਾਲ ਜੀ ਚੁੱਕੋ ਪਗਤ ਆਪੇ ਮੇਲ ਲੈ ਜਬ ਤੇ ਸਰਣ ਕੁਮਾਰੀ ਆਏ ਜਬ ਤੇ ਸਰਣ ਕੁਮਾਰੀ ਆਏ ਤਬ ਤੇ ਦੂਜੇ ਕੰਮ ਕੋਈ ਸਲੋ ਹੋ ਜਾਣ, ਸਹਿਜ ਨਾਲ ਹੋ ਜਾਣ, ਤੇਰੀ ਬੰਦਗੀ ਨਾ ਵਿਸਰੇ, ਤੇਰੀ ਬੰਦਗੀ ਨਾ ਟੁੱਟੇ,
ਪਰ ਤੋੜਦਾ ਕੌਣ ਹੈ? ਉਹ ਕਰਮ ਅੱਗੇ ਆ ਗਿਆ, ਕੋਈ ਔਗਣ ਅੱਗੇ ਆ ਗਿਆ। ਭਾਵ ਅਜੋ ਮੰਗ ਰਹੇ ਹਾਂ, ਰਾਮਈਆ ਹੋ ਕਾਹੇ ਨਾ ਖੰਡਸ। ਖੰਡਸ ਹੁੰਦਾ ਖੰਡਣਾ, ਉਹ ਔਗਣ ਕਿਉਂ ਨੀ ਮੇਰਾ ਖਤਮ ਕਰਦਾ ਜਿਹੜਾ ਤੇਰੇ ਤੋਂ ਵਿਛੋੜਦਾ। ਆਪੇ ਮੇਲੇ ਜਬ ਤੇ ਸਰਤ ਮਾਰੀ ਆਏ ਤਬ ਤੇ ਦੋ ਗਏ। ਆਪੇ ਮੇਲੇ ਔਗਣ ਕੱਟ ਦਿਓ ਗੁਰੂ ਜੀ, ਡੋਰੀ ਸਾਈਂ ਤੇਰੇ ਹੱਥ ਹੈ ਮੰਗੋ ਔਗਣ ਕੱਟ। ਹੱਥ ਹੈ ਰਾਮਈਆ ਮੇਰਾ ਕਾਹੇ ਨਾ ਖੰਡਸ